ਗੁੱਡ ਇਵਨਿੰਗ एवरीवन ਸਸ਼ੀਕਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਟੂਡੈਂਟਸ ਦਾ ਐਰਿਡਿਸ਼ੀਅਲ ਸਟੱਡੀਜ਼ ਦੇ ਅਫੀਸ਼ੀਅਲ ਚੈਨਲ ਤੇ ਜਿੱਥੇ ਅਸੀਂ ਕਰ ਰਹੇ ਹਾਂ ਜੀ ਮਾਸਟਰ ਕੀਡਰ ਪੰਜਾਬੀ ਲੈਕਚਰਰ ਪੰਜਾਬੀ ਔਰ ਇਸ ਦੇ ਨਾਲ ਨਾਲ UGC ਪੰਜਾਬੀ ਦੇ ਲਈ ਤਿਆਰੀ ਪਹਿਲਾਂ ਵਾਲੀ ਸਟਰੀਮ ਐਕਚੁਅਲੀ ਆਟੋਮੈਟਿਕਲੀ ਐਂਡ ਹੋ ਗਈ ਇਸ ਲਈ ਮੈਂ ਦੁਬਾਰਾ ਤੋਂ ਜਨਰੇਟ ਕੀਤੀ ਹੈ ਤਾਂ ਪਲੀਜ਼ ਜਿਹੜੇ ਤੁਹਾਡੇ ਗਰੁੱਪਸ ਹੈਗੇ ਆ ਉਹਨਾਂ ਦੇ ਵਿੱਚ ਮੈਸੇਜ ਲਗਾ ਦੇਣਾ ਕਿ ਨਿਊ ਸਟਰੀਮ ਦੇ ਉੱਪਰ ਜੁਆਇਨ ਕਰ ਲੈਣਗੇ ਓਕੇ 올라이트 ਜਿਹੜੇ ਸਟੂਡੈਂਟਸ ਪਹਿਲੀ ਵਾਰੀ ਸੈਸ਼ਨ ਦੇਖ ਰਹੇ ਆ ਉਹਨਾਂ ਦੀ ਜਾਣਕਾਰੀ ਦੇ ਲਈ ਦੱਸ ਦਿਆਂ ਕਿ ਡੇਲੀ ਸਾਡੀ 8 ਵਜੇ ਕਲਾਸ ਹੁੰਦੀ ਹੈ ਯਾਨੀ ਕਿ ਹਰ ਰੋਜ਼ ਲਾਈਵ ਕਲਾਸ ਹੁੰਦੀ ਹੈ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਠੀਕ ਹੈ ਇਸ ਤੋਂ ਬਾਅਦ ਮੰਡੇ ਤੋਂ ਸੈਟਰਡੇ ਤੋਂ ਬਾਅਦ ਜਿਹੜਾ ਟਾਈਮ ਹੁੰਦਾ ਹੈ ਲਾਈਕ ਸੰਡੇ ਸੰਡੇ ਵਾਲੇ ਦਿਨ ਆਪਣਾ ਆਫ ਰਹਿੰਦਾ ਓਕੇ 올રાઈਟ ਠੀਕ ਹੈ ਜੀ ਤੇ ਆਪਾਂ ਸਾਰਾ ਦਾ ਸਾਰਾ ਸਿਲੇਬਸ ਈਟੀਟੀ ਵਾਲਾ ਇਸ ਟਾਈਮ ਪ੍ਰੋਪਰ ਖਤਮ ਕਰ ਰਹੇ ਆ ਜਿਨ੍ਹਾਂ ਦੇ ਵਿੱਚ ਅਸੀਂ ਆਲਮੋਸਟ ਜ਼ਿਆਦਾਤਰ ਵਿਧਾਵਾ ਕਰ ਚੁੱਕੇ ਹਾਂ ਗੁਰਮਤਕਾਬ ਸੂਫੀਕਾ ਵਗੈਰਾ ਔਰ ਇੰਨਾ ਦਿਨਾਂ ਦੇ ਵਿੱਚ ਅਸੀਂ ਕਹਾਣੀਕਾਰਾਂ ਨੂੰ ਸ਼ੁਰੂ ਕੀਤਾ ਹੋਇਆ ਹੈ ਅੱਜ ਦਾ ਜੋ ਸਾਡਾ ਸੈਸ਼ਨ ਹੈ ਉਸ ਦੇ ਵਿੱਚ ਅਸੀਂ ਸੰਤੋਖ ਸਿੰਘ ਧੀਰਜੀ ਨੂੰ ਕਹਾਣੀਕਾਰ ਦੇ ਤੌਰ ਦੇ ਉੱਪਰ ਪੜਨ ਵਾਲੇ ਆ ਜਿਹੜੇ ਵੀ ਸਟੂਡੈਂਟਸ ਚਾਹੁੰਦੇ ਹੈ ਕਿ ਕੋਈ ਵੀ ਨਿਊ ਕਲਾਸ ਆਏ ਔਰ ਉਹਦਾ ਤੁਹਾਨੂੰ ਲਿੰਕ ਮਿਲ ਜਾਏ ਤਾਂ ਉਸ ਦੇ ਲਈ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜੋ ਕਿ ਐਰਿਓਡੀਸ਼ਲ ਸਟੱਡੀਜ਼ ਦੇ ਨਾਮ ਦੇ ਉੱਪਰ ਹੀ ਬਣਿਆ ਹੋਇਆ ਹੈ ਓਕੇ ਰਾਈਟ ਤਾਂ ਪਲੀਜ਼ ਉਹਨਾਂ ਨੂੰ ਤੁਸੀਂ ਜ਼ਰੂਰ ਜੁਆਇਨ ਕਰ ਲੈਣਾ ਕਿਉਂਕਿ ਜਲਦੀ ਹੀ ਆਪਣੀਆਂ ਐਸਐਸਟੀ ਵਾਲੀਆਂ ਕਲਾਸਿਸ ਵੀ ਸਟਾਰਟ ਹੋਣ ਵਾਲੀਆਂ ਆ ਤਾਂ ਇਸ ਦੇ ਲਈ ਤੁਸੀਂ ਉਹ ਵਾਲੇ ਚੈਨਲ ਦੇ ਨਾਲ ਜ਼ਰੂਰ ਜੁੜੇ ਰਹਿਣਾ ਓਕੇ ਆਉਣ ਵਾਲੇ ਟਾਈਮ ਦੇ ਵਿੱਚ ਜ਼ਿਆਦਾਤਰ ਆਪਾਂ ਇੰਗਲਿਸ਼ ਸਾਇੰਸ ਐਨਾ ਸਾਰੀਆਂ ਚੀਜ਼ਾਂ ਦੀ ਕਲਾਸਿਸ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਸ਼ੁਰੂ ਕਰਦੇ ਆਂ ਫਿਰ ਅੱਜ ਦੇ ਸੈਸ਼ਨ ਨੂੰ ਜਿਸ ਦੇ ਵਿੱਚ ਅਸੀਂ ਪੜਨ ਵਾਲੇ ਆ ਸੰਤੋਖ ਸਿੰਘ ਧੀਰਜੀ ਦੇ ਬਾਰੇ ਦੇ ਵਿੱਚ ਓਕੇ ਰਾਈਟ ਚਲੋ ਜੀ ਗੱਡੀ ਸਾਹਮਣੇ ਪਹਿਲਾ ਕੁਐਸਚਨ ਆ ਗਿਆ ਹੈ ਸੰਤੋਖ ਸਿੰਘ ਧੀਰ ਨੇ ਕਿਸ ਮੈਗਜ਼ੀਨ ਦੇ ਲਈ ਪੱਤਰਕਾਰ ਵਜੋਂ ਕੰਮ ਕੀਤਾ ਪ੍ਰੀਤ ਲੜੀ ਨਾਗਮਨੀ ਪੰਜ ਦਰਿਆ ਸੱਚ ਕਹੂੰ ਲਖਵਿੰਦਰ ਜੀ ਇਹਦੇ ਵਿੱਚ ਆਪਾਂ ਸਿਰਫ ਐਮਸੀਕਿਊਜ਼ ਨਹੀਂ ਕਰਨੇ ਬਲਕਿ ਉਸ ਦੇ ਨਾਲ-ਨਾਲ ਅਸੀਂ ਡਿਟੇਲ ਥਿਊਰੀ ਵੀ ਕਰਦੇ ਹਾਂ ਹਰ ਇੱਕ ਕੁਐਸਚਨ ਦੇ ਨਾਲ ਰਿਲੇਟ ਕਰਕੇ ਐਕਸਟਰਾ ਫੈਕਟਸ ਨੂੰ ਆਪਾਂ ਡਿਸਕਸ ਕਰੀਦਾ ਤੁਸੀਂ ਜਿੱਦਾਂ ਹੀ ਇਹ ਵਾਲਾ ਪੂਰਾ ਸੈਸ਼ਨ ਦੇਖੋਗੇ ਤੁਹਾਨੂੰ ਉਹਦੇ ਤੋਂ ਪਤਾ ਚੱਲ ਜਾਏਗਾ ਠੀਕ ਹੈ हां जी भाई गुरु जी बिल्कुल ਹੋਣਗੀਆਂ ਕਲਾਸਿਸ ਆਪਾਂ ਜਲਦੀ ਹੀ ਐਸਐਸਟੀ ਦੀਆਂ ਵੀ ਕਲਾਸਿਸ ਸਟਾਰਟ ਕਰਾਂਗੇ ਵਿਥਿਨ ਦਿਸ ਵੀਕ ਓਕੇ ਜੋ ਨੈਕਸਟ ਆਊਗਾ ਇਹ ਆਨਸਰ ਬਿਲਕੁਲ ਠੀਕ ਹੈ ਇਹ ਹੋ ਜਾਊਗਾ ਪ੍ਰੀਤ ਲੜੀ ਠੀਕ ਹੈ ਸੰਤੋਖ ਸਿੰਘ ਧੀਰਜੀ ਦੇ ਬਾਰੇ ਦੇ ਵਿੱਚ ਅਗਰ ਆਪਾਂ ਬੇਸਿਕ ਬੇਸਿਕ ਦੇਖੀਏ ਤਾਂ ਸਾਨੂੰ ਪਤਾ ਚੱਲੇਗਾ ਕਿ ਇਹਨਾਂ ਦਾ ਜੋ ਜਨਮ ਹੈ ਉਹ ਡਢਹੇੜੀ ਪਿੰਡ ਦੇ ਵਿੱਚ ਹੁੰਦਾ ਓਕੇ ਜਿਹੜਾ ਕਿ ਅੱਜ ਕੱਲ ਫਤਿਹਗੜ੍ਹ ਸਾਹਿਬ ਦੇ ਵਿੱਚ ਹੈਗਾ ਆ ਔਰ ਇਨਾਂ ਦੇ ਨਾਨਕੇ ਸੀਗੇ ਹਿੰਦੂ ਔਰ ਦਾਦਕੇ ਸੀਗੇ ਸਿੱਖ ਇਸ ਲਈ ਇਹ ਕਹਿੰਦੇ ਹੁੰਦੇ ਸੀ ਮੈਂ ਹਿੰਦੂ ਵੀ ਹਾਂ ਤੇ ਸਿੱਖ ਵੀ ਹਾਂ ਓਕੇ ਪਹਿਲਾਂ ਪਹਿਲਾਂ ਤਾਂ ਇਹਨਾਂ ਨੇ ਆਪਣੇ ਪਿਤਾ ਜੀ ਦੇ ਨਾਲ ਦਰਜੀ ਦਾ ਕੰਮ ਕੀਤਾ ਤੇ ਬਾਅਦ ਦੇ ਵਿੱਚ ਇਹ ਪ੍ਰੀਤ ਲੜੀ ਜੋ ਮਹੀਨਾਵਾਰ ਮੈਗਜ਼ੀਨ ਸੀ ਉਸ ਦੇ ਵਿੱਚ ਬਤੌਰ ਪੱਤਰਕਾਰ ਕੰਮ ਕਰਨ ਲੱਗੇ ਸੀ ਠੀਕ ਹੈ ਤੇ ਹੌਲੀ ਹੌਲੀ ਕਿਉਂਕਿ ਇਹਨਾਂ ਦਾ ਫਿਰ ਸਾਹਿਤ ਦੇ ਵਿੱਚ ਰੁਚੀ ਜਿਹੜੀ ਆ ਵੱਧਦੀ ਗਈ ਔਰ ਇਹਨਾਂ ਨੇ ਪੂਰਾ ਸਮਾਂ ਫਿਰ ਲਿਖਣਾ ਸਟਾਰਟ ਕਰਤਾ ਔਰ 50 ਦੇ ਕਰੀਬ ਕਿਤਾਬਾਂ ਹੈਗੀਆਂ ਜਿਨ੍ਹਾਂ ਦੀ ਇਹਨਾਂ ਨੇ ਰਚਨਾ ਕੀਤੀ ਅੱਗੇ ਹੈ ਦੂਸਰਾ ਪ੍ਰਸ਼ਨ ਸੰਤੋਖ ਸਿੰਘ ਧੀਰ ਕਿਸ ਪਾਰਟੀ ਨਾਲ ਜੁੜੇ ਰਹੇ ਕਾਂਗਰਸ ਅਕਾਲੀ ਕਮਿਊਨਿਸਟ ਪਾਰਟੀ ਭਾਰਤੀ ਜਨਤਾ ਪਾਰਟੀ ਪ੍ਰਸ਼ਨ ਨੰਬਰ 2 ਦੇ ਲਈ ਆਨਸਰ ਕਰੋ ਹਾਂਜੀ ਐਕਸਟਰਾ ਫੈਕਟਸ ਦੇ ਪਲੀਜ਼ ਨੋਟਸ ਜ਼ਰੂਰ ਬਣਾਉਂਦੇ ਰਹਿਣਾ ਵੈਰੀ ਇੰਪੋਰਟੈਂਟ ਓਕੇ ਬਹੁਤ ਜ਼ਰੂਰੀ ਹੈਗਾ ਯਾ ਨੋਟਸ ਜ਼ਰੂਰ ਬਣਾਉਣੇ ਆ ओके ਉਹਨਾਂ ਦੇ ਵਿੱਚੋਂ ਕਾਫੀ ਕੁਐਸ਼ਨਸ ਬਣ ਜਾਂਦੇ ਆ ਦੂਸਰੇ ਦਾ ਤੁਸੀਂ ਆਨਸਰ ਕਰ ਦਿੱਤਾ ਕਮਿਊਨਿਸਟ ਪਾਰਟੀ ਐਬਸੋਲੂਟਲੀ ਰਾਈਟ ਇਹਨਾਂ ਦੀਆਂ ਜਦੋਂ ਤੁਸੀਂ ਰਚਨਾਵਾਂ ਪੜ੍ਹਦੇ ਹੋ ਤਾਂ ਉਹਨਾਂ ਦੇ ਵਿੱਚ ਤੁਹਾਨੂੰ ਕਮਿਊਨਿਸਟ ਪਾਰਟੀ ਦੇ ਜਿਹੜੇ ਵਿਚਾਰ ਹੈਗੇ ਆ ਉਹ ਵੀ ਸਾਫ਼ ਨਜ਼ਰ ਆਉਂਦੇ ਆ ਓਕੇ ਅਗਰ ਅਸੀਂ ਗੱਲ ਕਰੀਏ ਇਹਨਾਂ ਦੀਆਂ ਦੋ ਐਹੋ ਜਿਹੀਆਂ ਰਚਨਾਵਾਂ ਜਿਨ੍ਹਾਂ ਨੂੰ ਕਿ ਕਲਾਸਿਕ ਸਾਹਿਤ ਦੀ ਸੂਚੀ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਉਹਨਾਂ ਦੇ ਵਿੱਚੋਂ ਪਹਿਲੀ ਹੈ ਨਿੱਕੀ ਸਲੇਟੀ ਸੜਕ ਦਾ ਟੋਟਾ ਔਰ ਦੂਸਰਾ ਹੈ ਕੋਈ ਇੱਕ ਸਵਾਰ ਠੀਕ ਹੈ ਤਾਂ ਇਹ ਦੋਨੋਂ ਰਚਨਾਵਾਂ ਇਹਨਾਂ ਦੇ ਨਾਮ ਦੇ ਨਾਲ ਤੁਸੀਂ ਯਾਦ ਰੱਖੋਗੇ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 3 ਸੰਤੋਖ ਸਿੰਘ ਧੀਰ ਕਿਸ ਨੂੰ ਆਪਣਾ ਸਾਹਿਤਿਕ ਗੁਰੂ ਮੰਨਦੇ ਸਨ ਮੋਹਨ ਸਿੰਘ ਗੁਰਬਖਸ਼ ਸਿੰਘ ਪ੍ਰੀਤਲੜੀ ਸੰਤ ਸਿੰਘ ਸੇਖੋਂ ਜਾਂ ਫਿਰ ਨਾਨਕ ਸਿੰਘ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰੋ ਕੀ ਹੋਏਗਾ ਸਾਇਤਿਕ ਪਿਤਾ ਮਤਲਬ ਠੀਕ ਹੈ ਗੁਰੂ ਕਹ ਲਓ ਜਾਂ ਪਿਤਾ ਕਹ ਲਓ ਇਹ ਕਿਨਾਂ ਨੂੰ ਮੰਨਦੇ ਸੀ ਤੀਸਰੇ ਪ੍ਰਸ਼ਨ ਦੇ ਲਈ ਆਨਸਰ ਕਰੋ ਕੁਐਸਚਨ ਨੰਬਰ ਜ਼ਰੂਰ ਪਾਣਾ ਓਕੇ ਰਾਈਟ ਤੀਸਰੇ ਲਈ ਆਨਸਰ ਆ ਗਿਆ ਬੀ ਮਤਲਬ ਗੁਰਬਖਸ਼ ਸਿੰਘ ਪ੍ਰੀਤ ਲੜੀ ਬਿਲਕੁਲ ਠੀਕ ਹੈਗਾ ਅਸੀਂ ਥੋੜੀ ਦੇਰ ਪਹਿਲਾਂ ਹੀ ਕੀਤਾ ਸੀ ਕਿ ਇਹਨਾਂ ਨੇ ਜਿਹੜੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਮਹੀਨਾਵਾਰ ਮੈਗਜ਼ੀਨ ਸੀ ਪ੍ਰੀਤ ਲੜੀ ਉਸ ਦੇ ਵਿੱਚ ਇਹ ਪੱਤਰਕਾਰ ਵਜੋਂ ਵੀ ਕੰਮ ਕਰਦੇ ਰਹੇ ਕੈਨ ਦਾ ਮਤਲਬ ਗੁਰਬਖਸ਼ ਸਿੰਘ ਪ੍ਰੀਤਲੜੀ ਇਹਨਾਂ ਦੀ ਲਾਈਫ ਦੇ ਵਿੱਚ ਡੈਫੀਨਿਟਲੀ ਆਏ ਹੋਣੇ ਆ ਹੈਨਾ ਤਾਂ ਇਹਨਾਂ ਨੂੰ ਹੀ ਇਹ ਸਾਇਤਿਕ ਪਤਾ ਮੰਨਦੇ ਸੀ ਪਰ ਇੱਥੇ ਤੁਸੀਂ ਦੋ ਹੋਰ ਨਾਮ ਯਾਦ ਰੱਖ ਲੈਣਾ ਪਹਿਲੇ ਹੈਗੇ ਨੇ ਜੀ ਮੋਹਨ ਸਿੰਘ ਔਰ ਦੂਸਰੇ ਹੈ ਸੰਤ ਸਿੰਘ ਸਿੱਖੂ ਇਹਨਾਂ ਦੋਨਾਂ ਦਾ ਵੀ ਪ੍ਰਭਾਵ ਤੁਹਾਨੂੰ ਸੰਤ ਸੌਰੀ ਸੰਤੋਖ ਸਿੰਘ ਧੀਰ ਦੀਆਂ ਰਚਨਾਵਾਂ ਦੇ ਉੱਪਰ ਦਿਖਾਈ ਦੇਗਾ ਓਕੇ ਚੌਥਾ ਪ੍ਰਸ਼ਨ ਸੰਤੋਖ ਸਿੰਘ ਧੀਰ ਦੀ ਪਹਿਲੀ ਕਹਾਣੀ ਦੱਸੋ ਸਿੱਟਿਆਂ ਦੀ ਛਾਂ ਕੁਆਰੇ ਪ੍ਰੀਤ ਕੋਈ ਇੱਕ ਸਵਾਰ ਨਿੱਕੀ ਸਲੇਟੀ ਸੜਕ ਦਾ ਟੋਟਾ ਪ੍ਰਸ਼ਨ ਨੰਬਰ 4 ਉੱਤਰ ਕਰੋ ਜੀ ਪਹਿਲੀ ਕਹਾਣੀ ਇਹਨਾਂ ਦੀ ਯੈਸ ਪਲੀਜ਼ ਹੂੰ ਵੈਰੀ ਗੁੱਡ ਕਈ ਬੱਚੇ ਡੇਲੀ ਇੰਨੀ ਅੱਛੀ ਤਿਆਰੀ ਕਰਕੇ ਆਂਦੇ ਆ ਕਿ ਉਹਨਾਂ ਦੇ ਆਨਸਰਸ ਪੜ੍ਹ ਕੇ ਹੀ ਮਜ਼ਾ ਆ ਜਾਂਦਾ ਹੈ ਚੌਥੇ ਲਈ ਤੁਹਾਡਾ ਆਨਸਰ ਆ ਰਿਹਾ ਹੈ ਬੀ ਮਤਲਬ ਕਿ ਤੁਸੀਂ ਗੱਲ ਕਰ ਰਹੇ ਹੋ ਕੁਆਰੀ ਪ੍ਰੀਤ ਬਾਰੇ ਬਿਲਕੁਲ ਠੀਕ ਹੈ ਹੁਣ ਦੇਖੋ ਅੱਜ ਤੁਸੀਂ ਨਾ ਕੱਲ ਵਾਲੀ ਗਲਤੀ ਨਹੀਂ ਕੀਤੀ ਜੇ ਤੁਹਾਨੂੰ ਯਾਦ ਹੋਵੇਗਾ ਕੱਲ ਵੀ ਐਦਾਂ ਦਾ ਹੀ ਇੱਕ ਪ੍ਰਸ਼ਨ ਆਇਆ ਸੀ ਜਿਸ ਦੇ ਵਿੱਚ ਕਹਾਣੀ ਸੰਗ੍ਰਹਿ ਦੇ ਲਈ ਉੱਤਰ ਅਲੱਗ ਸੀ ਔਰ ਪਹਿਲੀ ਕਹਾਣੀ ਲਈ ਉੱਤਰ ਅਲੱਗ ਸੀ ਬਿਲਕੁਲ ਐਸੀ ਤਰ੍ਹਾਂ ਔਰ ਕੱਲ ਕਈ ਬੱਚਿਆਂ ਨੇ ਗਲਤੀ ਕੀਤਾ ਸੀ ਹੈਨਾ ਬਟ ਅੱਜ ਤੁਸੀਂ ਕੱਲ ਦੀ ਗਲਤੀ ਤੋਂ ਸਿੱਖਿਆ ਐਦੇ ਵਿੱਚ ਤੁਹਾਨੂੰ ਕੀ ਪੁੱਛਿਆ ਗਿਆ ਇਹਨਾਂ ਦੀ ਪਹਿਲੀ ਕਹਾਣੀ ਪੁੱਛੀ ਗਈ ਹੈ ਜੇ ਤਾਂ ਸੰਤੋਖ ਸਿੰਘ ਧੀਰ ਦੀ ਪਹਿਲੀ ਕਹਾਣੀ ਪੁੱਛੀ ਜਾਏ ਫਿਰ ਤੁਸੀਂ ਆਨਸਰ ਕਰੋਗੇ ਕੁਆਰੀ ਪ੍ਰੀਤ ਪਰ ਜੇਕਰ ਮੰਨ ਲਓ ਤੁਹਾਡੇ ਕੋਲ ਪਹਿਲਾ ਕਹਾਣੀ ਸੰਗ੍ਰਹਿ ਪੁੱਛਿਆ ਜਾਏ ਫੇਰ ਤੁਹਾਡਾ ਆਨਸਰ ਹੋਏਗਾ ਸਿੱਟਿਆਂ ਦੀ ਛਾਂ ਠੀਕ ਹੈ ਔਰ ਸਿੱਟਿਆਂ ਦੀ ਛਾਂ ਦੇ ਲਈ ਜੋ ਸਾਲ ਰਹੇਗਾ ਉਹ ਹੈਗਾ 1950 ਓਕੇ ਪੰਜਵਾਂ ਪ੍ਰਸ਼ਨ ਸੰਤੋਖ ਸਿੰਘ ਧੀਰ ਨੂੰ ਅਚਨ ਚੇਤੀ ਪ੍ਰਸਿੱਧੀ ਕਿਸ ਕਹਾਣੀ ਤੋਂ ਮਿਲੀ ڈاکੂ ਕੋਈ ਇੱਕ ਸਵਾਰ ਸੰਜੀਕੰਧ ਸਵੇਰ ਹੋਣ ਤੱਕ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰੋ ਬਸ ਐਦਾਂ ਹੀ ਆਪਾਂ ਗਲਤੀਆਂ ਤੋਂ ਸਿੱਖਣਾ ਬਸ ਹੋਰ ਕੁਝ ਨਹੀਂ ਠੀਕ ਹੈ ਗਲਤੀਆਂ ਤੋਂ ਸਿੱਖੋਗੇ ਤਾਂ ਸਿਲੈਕਸ਼ਨ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਪ੍ਰਸ਼ਨ ਉੱਤਰ ਰਟਣ ਦੇ ਨਾਲ ਕਦੀ ਵੀ ਨਾ ਸਿਲੈਕਸ਼ਨ ਨਹੀਂ ਹੁੰਦੀ ਹੁੰਦੀ ਕੰਪੀਟੀਟਿਵ ਇਗਜ਼ਾਮਸ ਤਾਂ ਨਹੀਂ ਹੁੰਦੀ ਇਹ ਕਿਹੜਾ 10ਵੀਂ ਦੇ ਪੇਪਰ ਹੈ ਜਿਹੜੇ ਆਪਾਂ ਕਿਤਾਬ ਰਟਾਂਗੇ ਔਰ ਫਸਟ ਆ ਜਾਾਂਗੇ ਹੈਨਾ ਬਿਲਕੁਲ ਪੰਜਵੀਂ ਦੇ ਲਈ ਤੁਹਾਡਾ ਆਨਸਰ ਹੋ ਗਿਆ ڈاکੂ ਬਿਲਕੁਲ ਸਹੀ ਉੱਤਰ ਹੈਗਾ ਆ ਇਸ ਬਾਰੇ ਇਹ ਆਪਣੇ ਖੁਦ ਦੀ ਸਵੈ ਜੀਵਨੀ ਦੇ ਵਿੱਚ ਲਿਖਦੇ ਆ ਕਿ ڈاکੂ ਤੋਂ ਹੀ ਮੈਨੂੰ ਪ੍ਰਸਿੱਧੀ ਮਿਲੀ ਸੀ ਇਹਨਾਂ ਨੇ ਲਿਖੀ ਕਦੋਂ ਸੀ 1949 ਦੇ ਵਿੱਚ ਲਿਖੀ ਸੀ ਓਕੇ ਔਰ ਇਹਦੇ ਵਿੱਚ ਦਿਖਾਇਆ ਗਿਆ ਕਿ ਜਦੋਂ ਪੈਪਸੂ ਮੁਜ਼ਾਹਰਾ ਲਹਿਰਾਂ ਚਲਦੀਆਂ ਪਈਆਂ ਸੀ ਪੈਪਸੂ ਸਰਕਾਰ ਦੀਆਂ ਤਾਂ ਉਸ ਸਮੇਂ ਸਾਡੇ ਆਜ਼ਾਦ ਭਾਰਤ ਦੇ ਵਿੱਚ ਪੁਲਿਸ ਵੱਲੋਂ ਇੱਕ ਪਹਿਲਾ ਗੋਲੀकांड ਹੋਇਆ ਸੀ ਜੋ ਕਿ ਕਿਸ਼ਨਗੜ ਨਾਮ ਦੀ ਜਗ੍ਹਾ ਤੇ ਹੋਇਆ ਠੀਕ ਹੈ ਤੇ ਐਸੇ ਹੀ ਘਟਨਾ ਨੂੰ ਉਹਨਾਂ ਨੇ ਪੇਸ਼ ਕੀਤਾ ਡਾਕੂ ਨਾਮ ਦੀ ਰਚਨਾ ਦੇ ਵਿੱਚ ਕਿਉਂਕਿ ਇਸ ਦਾ ਨਾਮ ਤਾਂ ਐਵੇਂ ਰੱਖਿਆ ਗਿਆ ਸੀ ਕਿ ਉਸ ਟਾਈਮ ਦੇ ਵਿੱਚ ਜਿਹੜੇ ਲੋਕ ਹੱਕ ਮੰਗ ਰਹੇ ਸੀ ਨਾ ਆਪਣਾ ਜਿਹੜੇ ਮੁਜ਼ਾਹਰੇ ਕਰਦੇ ਪਏ ਸੀ ਉਹਨਾਂ ਦੇ ਬਾਰੇ ਦੇ ਵਿੱਚ ਬੈਪਸੂ ਦੇ ਉਸ ਟਾਈਮ ਦੇ ਮੁੱਖ ਮੰਤਰੀ ਨੇ ਕੀ ਬੋਲਿਆ ਸੀਗਾ ਕਿ ਇਹ ਜਿਹੜੇ ਮੁਜਾਹਰੇ ਕਰਨ ਵਾਲੇ ਐ ਇਹ ਡਾਕੂ ਨੇ ਓਕੇ ਤਾਂ ਇਸ ਲਈ ਐਸ ਕਹਾਣੀ ਦਾ ਨਾਮ ਆਇਆ ਪੰਜਵਾਂ ਪ੍ਰਸ਼ਨ ਬਾਰੂ ਕਿਸ ਕਹਾਣੀ ਦਾ ਪਾਤਰ ਹੈ ਕੋਈ ਇੱਕ ਸਵਾਰ ਸੰਜੀਕੰਧ ਮੇਰਾ ਉਜੜਿਆ ਗਵੰਡੀ ਜਾਂ ਫਿਰ ਸਵੇਰ ਹੋਣ ਤੱਕ ਪ੍ਰਸ਼ਨ ਨੰਬਰ 6 ਦੇ ਲਈ ਆਨਸਰ ਕਰੋ ਬਾਰੂ ਕਿਸ ਕਹਾਣੀ ਦਾ ਪਾਤਰ ਹੈ ਹਾਂਜੀ ਸ਼ਾਬਾਸ਼ ਬਹੁਤ ਅੱਛੀ ਤਿਆਰੀ ਹੈ ਤੁਹਾਡੀ ਬਹੁਤ ਅੱਛਾ ਪਰਫਾਰਮ ਕਰ ਰਹੇ ਹੋ ਵੈਰੀ ਵੈਰੀ ਗੁੱਡ ਪੇਪਰ A ਕਾਲਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਅ ਸਿੱਧੂ ਜੀ ਅੱਜ ਦੇ ਸੈਸ਼ਨ ਦੇ ਲਾਸਟ ਦੇ ਵਿੱਚ ਮੈਂ ਟ੍ਰਿਕ ਦੱਸ ਦਾਂਗੀ ਤੁਹਾਨੂੰ ਠੀਕ ਹੈ ਇਹਨਾਂ ਦੀਆਂ ਰਚਨਾਵਾਂ ਨੂੰ ਯਾਦ ਕਰਨ ਦੀ ਡੋਂਟ ਵਰੀ ਐਟ 올 ਛੇਵੇਂ ਦੇ ਲਈ A ਅਨਸਰ ਆ ਰਿਹਾ ਹੈ ਕੋਈ ਇੱਕ ਸਵਾਰ ਬਿਲਕੁਲ ਠੀਕ ਹੈਗਾ ਬਾਰੂ ਕਰਦਾ ਕੀ ਹੈ ਤਾਂਗਾ ਚਲਾਉਂਦਾ ਤਾਂ ਤਾਂਗੇ ਵਾਲੇ ਦਾ ਬੱਸ ਦੇ ਨਾਲ ਟਕਰਾਉ ਦਿਖਾਇਆ ਗਿਆ ਯਾਨੀ ਕਿ ਜਿਹੜਾ ਮਨੁੱਖ ਆਪਣੇ ਹੱਥਾਂ ਨਾਲ ਕਿਰਤ ਕਰਦਾ ਉਹਦੀ ਕਿਰਤ ਔਰ ਮਸ਼ੀਨ ਦੀ ਜਿਹੜਾ ਕੰਮ ਹੈ ਇਹਨਾਂ ਦੋਨਾਂ ਦਾ ਵਿਰੋਧ ਦਿਖਾਇਆ ਗਿਆ ਓਕੇ ਔਰ ਇਹ ਸਾਹਿਤ ਸਮਾਚਾਰ ਨਾਮ ਦੇ ਕਹਾਣੀ ਦੇ ਵਿੱਚ ਵਿਸ਼ੇਸ਼ ਅੰਕ ਦੇ ਵਿੱਚ ਛਾਪੀ ਵੀ ਗਈ ਸੀ ਨਾਲ ਦੇ ਨਾਲ ਉਸ ਸਮਾਚਾਰ ਵੱਲੋਂ ਇੱਕ ਮੁਕਾਬਲਾ ਕਰਵਾਇਆ ਗਿਆ ਜਿਸ ਦੇ ਵਿੱਚ ਇਹ ਪਹਿਲੇ ਸਥਾਨ ਦੇ ਉੱਪਰ ਰਹੀ ਸੀ ਠੀਕ ਹੈ ਜੀ ਤਾਂ ਇਹਦੇ ਬਾਰੇ ਇੱਕ ਪ੍ਰਸ਼ਨ ਹੋਰ ਇੰਪੋਰਟੈਂਟ ਬੰਦ ਹੈ ਕਿ ਇਸ ਕਹਾਣੀ ਨੂੰ ਰੂਸੀ ਲੇਖਕ ਚੇਖੋਵ ਦੀ ਕਿਹੜੀ ਪ੍ਰਸਿੱਧ ਕਹਾਣੀ ਦੇ ਨਾਲ ਟਾਕਰੇ ਦੀ ਕਹਾਣੀ ਮੰਨਿਆ ਜਾਂਦਾ ਹੈ ਤਾਂ ਯਾਦ ਰੱਖਣਾ ਉਨ੍ਹਾਂ ਦੀ ਕਹਾਣੀ ਹੈਗੀ ਹੈ ਗ੍ਰੀਫ ਓਕੇ ਅੱਗੇ ਚੱਲਦੇ ਆਂ ਪ੍ਰਸ਼ਨ ਨੰਬਰ 7 ਆਨਸਰ ਵੀ ਐਸੀ ਮੈਂ ਦੱਸ ਹੀ ਦਿੱਤਾ ਪਰ ਚਲੋ ਫਿਰ ਵੀ ਆਨਸਰ ਕਰੋ ਸੰਤੋਖ ਸਿੰਘ ਧੀਰ ਆਪਣੀ ਤੁਲਨਾ ਕਿਸ ਲੇਖਕ ਦੇ ਨਾਲ ਕਰਦਾ ਹੈ ਪੂਨਮ ਜੀ ਪਲੇਲਿਸਟ ਦੇ ਵਿੱਚ ਤੁਸੀਂ ਚਲੇ ਜਾਣਾ ਰਾਈਟ ਔਰ ਉਸ ਪਲੇਲਿਸਟ ਦੇ ਵਿੱਚ ਨਾ ਤੁਹਾਨੂੰ ਅਲੱਗ-ਅਲੱਗ ਰਾਈਟਰਸ ਦੀਆਂ ਕਾਫੀ ਸਾਰੇ ਫੈਕਟਸ ਮਿਲ ਜਾਣੇ ਆ ਜਿਹਦੇ ਨਾਲ ਤੁਹਾਡੀ ਕਾਫੀ ਅੱਛੀ ਤਿਆਰੀ ਹੋ ਜੂਗੀ ਡੋਨਟ ਵਰੀ ਓਕੇ ਰਾਈਟ 7ਵਾਂ ਦਾ ਫਿਰ ਕੀ ਆਨਸਰ ਹੋਊਗਾ ਵੈਰੀ ਗੁੱਡ ਜਿਨ੍ਹਾਂ ਨੇ ਆਨਸਰ ਡੀ ਕੀਤਾ ਵੈਨਗਾਗ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਕਿਉਂਕਿ ਇਹ ਕਹਿੰਦੇ ਆ ਕਿ ਚਾਹੇ ਵੈਨਗਾਗ ਵੀ ਬੜਾ ਗਰੀਬੀ ਵਿੱਚੋਂ ਨਿਕਲਿਆ ਤੰਗੀਆਂ ਵਿੱਚੋਂ ਨਿਕਲਿਆ ਘਾਟਾਂ ਆਉਂਦੀ ਲਾਈਫ 'ਚ ਵੀ ਸੀ ਪਰ ਮੈਂ ਉਹਦੇ ਤੋਂ ਪਿੱਛੇ ਹੈ ਨਹੀਂ ਅੱਗੇ ਆ ਕਿਉਂ ਉਹਨਾਂ ਨੇ ਕਿਹਾ ਵੈਨਗਾਗ ਦੀ ਜਿਹੜੀ ਤੰਗੀ ਹੈ ਉਹ ਤਾਂ ਹੈਗੀ ਆ ਉੱਚੇ ਪੱਧਰ ਦੀ ਉੱਚਾ ਪੱਧਰ ਕਿਵੇਂ ਕਿਉਂਕਿ ਅੰਗਰੇਜ਼ ਐ ਤਾਂ ਸਾਡੇ ਨਾਲੋਂ ਤਾਂ ਅਮੀਰ ਹੀ ਹੋਣਗੇ ਚਾਹੇ ਗਰੀਬ ਹੀ ਹੋਣ ਸਮਝ ਰਿਓ ਨਾ ਯਾਨੀ ਕਿ ਉਹਦੀ ਜਿਹੜੀ ਤੰਗੀ ਹੈ ਉਹ ਯੂਰੋਪੀ ਹੈ ਮੇਰੀ ਏਸ਼ੀਆਈ ਹੈ ਏਸ਼ੀਆਈ ਉਪਰੋਂ ਦੀ ਹਿੰਦੁਸਤਾਨੀ ਉਸ ਟਾਈਮ ਤੇ ਹਿੰਦੁਸਤਾਨ ਦੀ ਵਿਚਾਰੇ ਦੀ ਇਕਨੋਮੀ ਵੈਸੀ ਵੀ ਇੰਨੀ ਅੱਛੀ ਨਹੀਂ ਸੀ ਤਾਂ ਇਸ ਕਰਕੇ ਇਹ ਵੈਨ ਗਾਗ ਦੇ ਨਾਲ ਆਪਣੀ ਤੁਲਨਾ ਕਰਦੇ ਆ ਓਕੇ ਫਾਈਨੈਂਸ਼ੀਅਲ ਪੱਖ ਤੋਂ 8ਵਾਂ ਸੰਤੋਖ ਸਿੰਘ ਧੀਰ ਦੀ ਰਚਨਾ ਓਡਣੀ ਦੀ ਵਿਦਾ ਦੱਸੋ ਕਹਾਣੀ ਨਜ਼ਮ ਲੇਖ ਨਾਟਕ ਪ੍ਰਸ਼ਨ ਨੰਬਰ 8 ਦੇ ਲਈ ਆਨਸਰ ਕਰੋ ਕੀ ਹੋਏਗਾ ਵੈਰੀ ਵੈਰੀ ਗੁੱਡ ਬਿਲਕੁਲ ਰਮਨ ਜੀ ਐਂਡ ਨੀਤੂ ਜੀ ਐਬਸੋਲੂਟਲੀ ਰਾਈਟ ਹਾਂਜੀ ਆਨਸਰ ਕਰੋ ਪ੍ਰਸ਼ਨ ਨੰਬਰ 8 ਦੇ ਲਈ ਬੀ ਆਨਸਰ ਆ ਰਿਹਾ ਹੈ ਜਿਸ ਦੇ ਵਿੱਚ ਅਸੀਂ ਬੋਲਿਆ ਨਜ਼ਮ ਬਿਲਕੁਲ ਠੀਕ ਹੈ ਮੈਂ ਤੁਹਾਨੂੰ ਕਿਹਾ ਸੀ ਨਾ ਇਹਨਾਂ ਦੀਆਂ ਕੁਝ ਇੱਕ ਰਚਨਾਵਾਂ ਹੈ ਜਿਹੜੀਆਂ ਬਹੁਤ ਇੰਪੋਰਟੈਂਟ ਹੈ ਉਹਨਾਂ ਦੇ ਵਿੱਚੋਂ ਨਜ਼ਮ ਵੀ ਹੈਗੀ ਹੈ ਇੱਕ ਜਿਸ ਨੂੰ ਆਪਾਂ ਲਾਈਕ ਓਢਣੀ ਕਿਹਾ ਔਰ ਇਹ ਕਦੋਂ ਆਂਦੀ ਆ 1947 ਦੇ ਵਿੱਚ ਇਹਨਾਂ ਨੇ ਲਿਖਿਆ ਔਰ ਇਹਦੇ ਵਿੱਚ ਇਹਨਾਂ ਨੇ ਕੀ ਬੋਲਿਆ ਕਿ ਜਿਹੜੇ ਕੀਰਤੀ ਔਰ ਮਜ਼ਦੂਰ ਲੋਕ ਹੁੰਦੇ ਆ ਅੱਜ ਦੇ ਡੇਟ ਦੇ ਵਿੱਚ ਉਹ ਆਪਣੀ ਇੱਕ ਨਵੀਂ ਪਛਾਣ ਬਣਾ ਚੁੱਕੇ ਨੇ ਓਕੇ ਨੋਵਾ ਮੇਰੇ ਨੇੜੇ ਲੇਖਕ ਹੋਣਾ ਯੋਧਾ ਹੋਣ ਦੇ ਤੁਲ ਹੈ ਇਹ ਗੱਲ ਇਹਨਾਂ ਨੇ ਕਿਸ ਰਚਨਾ ਦੇ ਵਿੱਚ ਲਿਖੀ ਸੀ ਮਿਸੇ ਦਾਣੇ ਕਾਲੀ ਬਰਫੀ ਧਰਤੀ ਮੰਗਦੀ ਮੀਵੇ ਜਾਂ ਫਿਰ ਸੰਜੀਵਨੀ ਹਾਂਜੀ ਨੌਵੇਂ ਪ੍ਰਸ਼ਨ ਦੇ ਲਈ ਉੱਤਰ ਕਰਨਾ ਆ ਮੇਰੇ ਲੇਖਕ ਨੇੜੇ ਹੋਣਾ ਯੋਧਾ ਹੋਣ ਦੇ ਤੁਲ ਹੈ ਤਾਂ ਕਈ ਵਾਰੀ ਪ੍ਰਸ਼ਨ ਐਦਾਂ ਵੀ ਆ ਜਾਂਦਾ ਹੈ ਕਿ ਸੰਤੋਖ ਸਿੰਘ ਧੀਰ ਲੇਖਕ ਹੋਣ ਦੀ ਤੁਲਨਾ ਕਿਸ ਨਾਲ ਨਾਲ ਕਰਦੇ ਨੇ ਤਾਂ ਉਹ ਕਰਦੇ ਆ ਯੋਧਾ ਹੋਣ ਦੇ ਨਾਲ ਇਹ ਵੀ ਤੁਸੀਂ ਯਾਦ ਰੱਖ ਲਿਓ ਓਕੇ ਨੋਵੇਲੇ ਬੀ ਆਨਸਰ ਆ ਰਿਹਾ ਹੈ ਪਰ ਇਸ ਦਾ ਆਨਸਰ ਹੋਊਗਾ ਏ ਮਤਲਬ ਕਿ ਮਿਸੇਦਾਨੇ ਠੀਕ ਹੈ ਉਹਦੇ ਵਿੱਚ ਹੀ ਇਹਨਾਂ ਨੇ ਯੋਧੇ ਦੇ ਨਾਲ ਤੁਲਨਾ ਕੀਤੀ ਸੀ ਲੇਖਕ ਖੋਨਦੀ ਰਾਈਟ ਇਸ ਤੋਂ ਬਿਨਾ ਤੁਸੀਂ ਹੋਰ ਕੀ ਯਾਦ ਰੱਖ ਸਕਦੇ ਹੋ ਜਿੱਥੇ ਅਸੀਂ ਗੱਲ ਕਰਦੇ ਹਾਂ ਕਾਲੀ ਬਰਫੀ ਦੀ ਹੈਨਾ ਤਾਂ ਉਸ ਦੇ ਵਿੱਚ ਇਹਨਾਂ ਨੇ ਥੋੜੇ ਵਿਦਰੋਹੀ ਵਿਚਾਰ ਪੇਸ਼ ਕੀਤੇ ਹੈ ਜਿਵੇਂ ਕਿ ਉਹ ਬੋਲਦੇ ਆ ਕਦੇ ਤਾਂ ਰਨ ਵਿੱਚ ਕਵਿਤਾ ਲੜਦੀ ਕਦੇ ਤੇਗ ਦੀ ਧਾਰ ਹੁਣ ਨਹੀਂ ਪੇਸ਼ ਕਲਮ ਦੀ ਜਾਂਦੀ ਹੁਣ ਇੱਕ ਪੇਜ ਕਟਾਰ ਉਹਨਾਂ ਦਾ ਕਹਿਣ ਦਾ ਮਤਲਬ ਕੀ ਸੀਗਾ ਕਿ ਅੱਜ ਦੀ ਡੇਟ ਦੇ ਵਿੱਚ ਐਨੀਆਂ ਸਾਰੀਆਂ ਪ੍ਰੋਬਲਮਸ ਆ ਗਈਆਂ ਵੈ ਕਿ ਕੱਲੀ ਕਲਮ ਦੇ ਨਾਲ ਵਿਰੋਧ ਕਰਕੇ ਕੁਝ ਨਹੀਂ ਹੋਣਾ ਹੁਣ ਸਾਨੂੰ ਕਟਾਰ ਲੈ ਕੇ ਆਣੀ ਪੈਣੀ ਹੈ ਕਹਿਣ ਦਾ ਮਤਲਬ ਕਿ ਹੁਣ ਸਾਨੂੰ ਆਪਣੇ ਹੱਕਾਂ ਦੇ ਲਈ ਲੜਨਾ ਪੈਣਾ ਓਕੇ ਠੀਕ ਹੈ ਜੀ ਅੱਗੇ ਪੱਤ ਛੜੇ ਪੁਰਾਣੇ ਦਾ ਸਾਲ ਦੱਸੋ 1944 1948 1952 1955 वेरी गुड शहनाज जी एब्सोल्युटली राइट पेज नंबर 61 वाज देयर बिल्कुल सही हुन ਤੁਸੀਂ ਪਾਤ ਜੜੇ ਪੁਰਾਣੇ ਦਾ ਸਾਲ ਦੱਸਣਾ ਹਾਂਜੀ ਜੀ ਕੀ ਹੋਏਗਾ ਸਾਲ ਇਸ ਦਾ ওকে ਅਜ ਰਜਿੰਦਰ ਜੀ ਯਾਦ ਕਰਾ ਰਹੇ ਨੇ ਕਿ ਲਾਈਕ ਕਰ ਰਹੋ थैंक यू so much yes ਅਗਰ ਤੁਹਾਨੂੰ ਅੱਛਾ ਲੱਗਦਾ ਸੈਸ਼ਨ then you can like that ਡੀ ਆਨਸਰ ਆਇਆ 1955 ਜੋ ਕਿ ਬਿਲਕੁਲ ਸਹੀ ਉੱਤਰ ਹੈਗਾ ਹੁਣ ਇਹਨਾਂ ਸਾਰੇ ਸਾਲਾਂ ਨੂੰ ਦੇਖ ਲਈਏ 1944 ਵਿੱਚ ਆਏਗੀ ਗੁੱਡੀਆਂ ਪਟੋਲੇ 1948 ਵਿੱਚ ਆਏਗੀ ਪੋ ਫੁਟਾਲਾ 52 ਵਿੱਚ ਆਏਗੀ ਧਰਤੀ ਮੰਗਦੀ ਮੀਵੇ ਔਰ 55 ਦੇ ਵਿੱਚ ਜਿਹੜੀ ਅਸੀਂ ਕੀਤੀ ਪੱਤ ਝੜੇ ਪੁਰਾਣੇ ਠੀਕ ਹੈ ਤਾਂ ਸਾਰੀਆਂ ਰਚਨਾਵਾਂ ਕਿੰਨਾਂ ਦੀਆਂ ਸੰਤੋਖ ਸਿੰਘ ਧੀਰ ਦੀਆਂ ਅੱਗੇ ਸਵੇਰ ਹੋਣ ਤੱਕ ਵਿੱਚ ਕਿਸ ਨੂੰ ਵਿਸ਼ਾ ਬਣਾਇਆ ਗਿਆ ਹੈ ਆਪਸੀ ਪਿਆਰ 84 ਦੇ ਦੰਗੇ ਸ਼ਰਾਬ ਦੀ ਬੁਰੀ ਆਦਤ ਸ਼ਰੀਕੇ ਬਾਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰੋ ਜੀ ਸਵੇਰ ਹੋਣ ਤੱਕ ਇਸ ਦੇ ਵਿੱਚ ਵਿਸ਼ਾ ਕਿਹੜਾ ਬਣਾਇਆ ਗਿਆ ਹਾਂਜੀ ਜੀ 11ਵਾਂ ਪ੍ਰਸ਼ਨ ਦੇ ਲਈ ਪ੍ਰਸ਼ਨ ਨੰਬਰ ਜ਼ਰੂਰ ਪਾਣਾ ਹੈ ਜਿਹੜੇ ਪਾਰੇ ਵੈਰੀ ਗੁੱਡ ਐਦਾਂ ਥੋੜਾ ਜਿਆਦਾ ਅੱਛੀ ਤਰ੍ਹਾਂ ਸਮਝ ਆਂਦੀ ਹੈ ਕਿ ਅਗਲਾ ਕੁਐਸ਼ਨ ਆ ਗਿਆ ਬਿਲਕੁਲ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਆਪਸੀ ਪਿਆਰ ਦੀ ਠੀਕ ਹੈ ਤੇ ਜਿਹੜਾ ਸਵੇਰ ਹੋਣ ਤੱਕ ਹੈਗਾ ਇਸ ਦਾ ਜੋ ਸਾਲ ਹੈ ਉਹ ਕਿਹੜਾ ਆ 1955 ਹੈਗਾ ਆ ਇਸ ਤੋਂ ਬਿਨਾ ਇਹਨਾਂ ਦੀ ਇੱਕ ਰਚਨਾ ਆਏਗੀ ਪੱਖੀ ਠੀਕ ਹੈ ਜੋ ਕਿ ਆਏਗੀ 1991 ਦੇ ਵਿੱਚ ਔਰ ਇਸ ਦੇ ਵਿੱਚ ਇਹਨਾਂ ਨੇ 1984 ਦੇ ਵਿੱਚ ਜੋ ਦੰਗੇ ਹੋਏ ਸੀ ਯਾਨੀ ਕਿ ਆਪਰੇਸ਼ਨ ਬਲੂ ਸਟਾਰ ਵਗੈਰਾ ਹੋਇਆ ਸੀ ਰਾਈਟ ਉਹਨਾਂ ਦੇ ਬਾਰੇ ਦੇ ਵਿੱਚ ਗੱਲ ਕੀਤੀ ਹੈ ਓਕੇ 12ਵਾਂ ਪ੍ਰਸ਼ਨ ਹੈ ਸੰਤੋਖ ਸਿੰਘ ਧੀਰ ਦੀ ਰਚਨਾ ਦੱਸੋ ਸ਼ਰਾਬ ਦਾ ਗਲਾਸ ਸਵੇਰ ਹੋਣ ਤੱਕ ਸਿੱਟੀਆਂ ਦੀ ਛਾਂ ਉਸ਼ਾ ਪੈਣ ਜੀ ਚੁੱਪ ਸਨ ਅਤੇ ਸਾਰੇ ਗ੍ਰੇਟ ਰਜਨੀ ਜੀ ਹਾਂ ਜੀ 12ਵੇਂ ਦੇ ਲਈ ਕੀ ਉੱਤਰ ਹੋਊਗਾ ਜੀ 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 ਪੱਖੀ 1991 ਔਰ 1984 ਦੇ ਦੰਗਿਆਂ ਬਾਰੇ ਗੱਲ ਕਰਦੀ ਹੈ ਜੀ 12ਵੇਂ ਦੇ ਲਈ ਆਨਸਰ ਕੀ ਆਨਿਆ ਡੀ ਆਨਸਰ ਆ ਗਿਆ ਬਿਲਕੁਲ ਠੀਕ ਹੈ ਉਸ਼ਾ ਭੈਣ ਜੀ ਚੁੱਪ ਸਨ ਅਤੇ ਸਾਰੇ ਆਪਾਂ ਇਹਨਾਂ ਬਾਰੇ ਅਗਲਾ ਪ੍ਰਸ਼ਨ ਕਰਨ ਤੋਂ ਬਾਅਦ ਗੱਲ ਕਰਦੇ ਆ ਠੀਕ ਹੈ ਜਿਸ ਦੇ ਵਿੱਚ ਆਪਾਂ ਟ੍ਰਿਕ ਵੀ ਕਰਨ ਵਾਲੇ ਆ ਅੱਗੇ ਚਲਦੇ ਆ 13ਵਾਂ ਕਿਹੜੀ ਰਚਨਾ ਸੰਤੋਖ ਸਿੰਘ ਧੀਰ ਦੀ ਨਹੀਂ ਹੈ ਪੱਖੀ ਸੰਜੀ ਕੰਧ ਇੱਕ ਕੁੱਤਾ ਤੇ ਮੈਂ ਆਰਤੀ ਇਹ ਡਬਲ ਡਬਲ ਅੱਜ ਪਤਾ ਨਹੀਂ ਕਿਉਂ ਹੈ ਚਲੋ 13ਵੇਂ ਪ੍ਰਸ਼ਨ ਦੇ ਲਈ ਆਨਸਰ ਕਰੋ ਕਿਹੜੀ ਰਚਨਾ ਸੰਤੋਖ ਸਿੰਘ ਧੀਰ ਦੀ ਨਹੀਂ ਹੈ ਪ੍ਰਸ਼ਨ ਨੰਬਰ ਜ਼ਰੂਰ ਲਿਖਣਾ ਓਕੇ ਨਾ ਇਸ ਬਾਰੀ ਅਸੀਂ ਫਿਰ ਗੱਲ ਵੀ ਕਰਦੇ ਆ ਜੀ 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 ਓਕੇ ਪ੍ਰਸ਼ਨ ਨੰਬਰ 13 ਦੇ ਲਈ ਵੀ ਡੀ ਆਨਸਰ ਆਇਆ ਆਰਤੀ ਅੱਛਾ ਮੈਨੂੰ ਇਹ ਵੀ ਫਿਰ ਦੱਸ ਦਿਓ ਕਿ ਆਰਤੀ ਰਚਨਾ ਹੈ ਕਿ ਇਹਨਾਂ ਦੀ ਓਕੇ ਠੀਕ ਹੈ ਹੁਣ ਇੱਥੇ ਅਸੀਂ ਨਾ ਇਹਨਾਂ ਦੇ ਕੁਝ ਰਚਨਾਵਾਂ ਕੀਤੀਆਂ ਦੋ ਪ੍ਰਸ਼ਨਾਂ ਦੇ ਵਿੱਚ ਹੈਨਾ ਇਹਨਾਂ ਦੋਨਾਂ ਪ੍ਰਸ਼ਨਾਂ ਦੇ ਵਿੱਚੋਂ ਜਿਹੜੀ ਅਸੀਂ ਇਹਨਾਂ ਦੇ ਕਹਾਣੀ ਸੰਗ੍ਰਹਿ ਕੀਤੇ ਨੇ ਹੈਨਾ ਉਹਨਾਂ ਦੇ ਬਾਰੇ ਦੇ ਵਿੱਚ ਉਹਨਾਂ ਅਸੀਂ ਗੱਲ ਕਰਾਂਗੇ ਇਹਨਾਂ ਨੂੰ ਯਾਦ ਕਿਵੇਂ ਕਰਨਾ ਓਕੇ ਤਾਂ ਸੁਣੋ ਫਿਰ ਅਸੀਂ ਕਿਵੇਂ ਯਾਦ ਕਰਾਂਗੇ ਦੇਖੋ ਸੰਤੋਖ ਸਿੰਘ ਧੀਰ ਨਾਮ ਦਾ ਇੱਕ ਪਰਸਨ ਸੀ ਸਾਰਾ ਦਿਨ ਉਹ ਸ਼ਰਾਬ ਪੀਂਦਾ ਰਹਿੰਦਾ ਸਾਰੀ ਰਾਤ ਉਹ ਸ਼ਰਾਬ ਪੀਂਦਾ ਰਹਿੰਦਾ ਠੀਕ ਹੈ ਸਵੇਰ ਹੋਣ ਤੱਕ ਬਸ ਹੁੰਦਾ ਸਿਰਫ ਇੱਕੋ ਕੰਮ ਹੁੰਦਾ ਸੀ ਦੋਸਤਾਂ ਦੇ ਨਾਲ ਸਿੱਟਿਆਂ ਦੀ ਛਾਂ ਵਿੱਚ ਬੈਠਣਾ ਔਰ ਸ਼ਰਾਬ ਪੀਣੀ ਹੈ ਉਹਦੇ ਵਾਈਫ ਹੁੰਦੀ ਹੈ 우ਸ਼ਾ ਭੈਣ ਜੀ ਉਹ ਉਹਦੇ ਐਨੇ ਜ਼ਿਆਦਾ ਜ਼ੁਲਮ ਦੇਖ ਕੇ ਐਨੀਆਂ ਜ਼ਿਆਦਾ ਗਲਤ ਹਰਕਤਾਂ ਦੇਖ ਕੇ ਸ਼ਰਾਬੀ ਹੋਣ ਦੇ ਬਾਵਜੂਦ ਵੀ ਬਿਲਕੁਲ ਚੁੱਪ ਰਹਿੰਦੇ ਆ ਠੀਕ ਹੈ ਤਾਂ ਫਿਰ ਕੀ ਹੁੰਦਾ ਜੀ ਸਾਰੀ ਰਾਤ ਉਹਨੂੰ ਪੱਖੀ ਚੱਲਦੇ ਹੋਏ ਉਹਦੀ ਸੇਵਾ ਕਰਦੇ ਰਹਿੰਦੇ ਆ ਪਹਿਲਾਂ ਔਰਤਾਂ ਇਦਾਂ ਹੀ ਹੁੰਦੀਆਂ ਸੀ ਨਾ ਕਿ ਪ੍ਰੋਬਲਮ ਵੀ ਹੈਗੀ ਐ ਤਾਂ ਵੀ ਉਹ ਆਪਣੇ ਹਸਬੈਂਡ ਦੇ ਕਦੀ ਅਗੇਂਸਟ ਨਹੀਂ ਬੋਲਦੀਆਂ ਸੀ ਇਹ ਵੀ ਇਦਾਂ ਹੀ ਸੀਗੇ ਓਕੇ ਫਿਰ ਉਹਨਾਂ ਦੇ ਸਾਂਝੀ ਕੰਦ ਵਾਲੇ ਜਿਹੜੇ ਸ਼ਰੀਕੇ ਸੀਗੇ ਹਨਾ ਉਹਨਾਂ ਨੇ ਸ਼ਰੀਕਾਂ ਨੇ ਇਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੇਖੋ ਵੀ ਤੇਰੇ ਤਾਂ ਮਤਲਬ ਕਿ ਹਸਬੈਂਡ ਇਦਾਂ ਦੇ ਹੈਗੇ ਨੇ ਸਾਰ ਦਿਨ ਸ਼ਰਾਬ ਪੀਂਦੇ ਰਹਿੰਦੇ ਆ ਇੱਧਰ ਗਿਰੇ ਰਹਿੰਦੇ ਉੱਧਰ ਗਿਰੇ ਜਾਂਦੇ ਆ ਤਾਂ ਤੈਨੂੰ ਥੋੜਾ ਜਿਹਾ ਆਪਣਾ ਸਟੈਪ ਲੈਣਾ ਚਾਹੀਦਾ ਹੈ ਠੀਕ ਹੈ ਤਾਂ ਫਿਰ ਕੀ ਹੁੰਦਾ ਆ ਉਹ ਫਿਰ ਸਟੈਪ ਲੈਂਦੇ ਆ ਔਰ ਉਹਦੇ ਤੋਂ ਅਲੱਗ ਹੋ ਜਾਂਦੇ ਨੇ ਕਿਉਂਕਿ ਉਹ ਕਹਿੰਦੇ ਮੇਰੇ 'ਚ ਹੁਣ ਨਾ ਤਾਂ ਸਬਰ ਰਿਹਾ ਨਾ ਹੀ ਸੰਤੋਖ ਰਿਹਾ ਨਾ ਹੀ ਧੀਰਜ ਤਾਂ ਸੰਤੋਖ ਸਿੰਘ ਧੀਰ ਸੰਤੋਖ ਤੇ ਧੀਰਜ ਤੋਂ ਯਾਦ ਰੱਖ ਲੈਣਾ ਤੇ ਫਿਰ ਜਦੋਂ ਉਹਦੇ ਵਾਈਫ ਨੂੰ ਛੱਡ ਕੇ ਚਲੇ ਜਾਂਦੇ ਆ ਤਾਂ ਫਿਰ ਉਹ ਬਸ ਸਾਰਾ ਦਿਨ ਗਲੀਆਂ ਦੇ ਵਿੱਚ ਲਟਦਾ ਰਹਿੰਦਾ ਆ ਸ਼ਰਾਬ ਵਗੈਰਾ ਪੀ ਕੇ ਔਰ ਜਿਹੜੇ ਕੁੱਤੇ ਹੁੰਦੇ ਆ ਉਹ ਵੀ ਉਹਦੇ ਉੱਪਰ ਆ ਕੇ ਲਾਈਕ ਪੀ ਕਰਕੇ ਜਾਂਦੇ ਆ ਹੁਣ ਇੱਕ ਵਾਰੀ ਹੋਰ ਸੁਣੋ ਫਿਰ ਤੁਹਾਨੂੰ ਟ੍ਰਿਕ ਸਮਝ ਆਏਗੀ ਪਹਿਲੀ ਵਾਰੀ ਦੇ ਵਿੱਚ ਯਾਦ ਕਰਨ ਦੇ ਲਈ ਪਹਿਲਾਂ ਇੱਕ ਪਿਕਚਰ ਬਣਾਨੀ ਪੈਂਦੀ ਹੈ ਠੀਕ ਹੈ ਦੇਖੋ ਹੁਣ ਇੱਕ ਸੈਕਿੰਡ ਚ ਯਾਦ ਹੋ ਜੇਗੀ ਸੰਤੋਖ ਨੂੰ ਸ਼ਰਾਬ ਪੀਣ ਦੀ ਬੜੀ ਆਦਤ ਸੀ ਰਾਤ ਤੋਂ ਸਵੇਰ ਹੋਣ ਤੱਕ ਸਿੱਟਿਆਂ ਦੀ ਛਾਂ ਵਿੱਚ ਆਪਣੇ ਫਰੈਂਡਸ ਨਾਲ ਬੈਠ ਕੇ ਸ਼ਰਾਬ ਪੀਂਦਾ ਰਹਿੰਦਾ ਉਹਦੇ ਵਾਈਫ ਊਸ਼ਾ ਪੈੰਜੀ ਫੇਰ ਵੀ ਚੁੱਪ ਰਹਿੰਦੇ ਸੀਗੇ ਔਰ ਜਦੋਂ ਪੀ ਕੇ ਆਂਦਾ ਤਾਂ ਸਾਰੀ ਰਾਤ ਪੱਖੀ ਚੱਲਦੇ ਹੋਏ ਉਹਦੀ ਸੇਵਾ ਉਲਟਾ ਹੋਰ ਕਰਦੇ ਸੀ ਤੇ ਸੰਜੀ ਕੰਦ ਵਾਲੇ ਜਿਹੜੇ ਸ਼ਰੀਕ ਸੀ ਉਹਨਾਂ ਨੂੰ ਤਾਨੇ ਦੇਣ ਲੱਗ ਜਾਂਦੇ ਆ ਕਿ ਤੂੰ ਕੁਝ ਕਰਦੀ ਨਹੀਂ ਤੈਨੂੰ ਬੋਲਣਾ ਚਾਹੀਦਾ ਹੈ ਵਗੈਰਾ ਵਗੈਰਾ ਤਾਂ ਫਿਰ ਜਦੋਂ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ ਆ ਕਿਉਂਕਿ ਉਹ ਕਹਿੰਦੇ ਮੇਰੇ ਚ ਨਾ ਤਾਂ ਸੰਤੋਖ ਰਿਹਾ ਤੇ ਨਾ ਹੀ ਧੀਰ ਰਿਹਾ ਧੀਰਜ ਰਿਹਾ ਠੀਕ ਹੈ ਤਾਂ ਫੇਰ ਉਹ ਕੀ ਹੈ ਬਸ ਗਲੀਆਂ ਦੇ ਵਿੱਚ ਪੀ ਕੇ ਗਿਰਾ ਰਹਿੰਦਾ ਸੀਗਾ ਤੁਸੀਂ ਸ਼ਰਾਬੀਆਂ ਨੂੰ ਦੇਖਿਆ ਵੀ ਹੋਣਾ ਉਹ ਐਦਾਂ ਹੀ ਗਿਰੇ ਹੁੰਦੇ ਆ ਹਨਾ ਤੇ ਕੁੱਤੇ ਉਹਨਾਂ ਦੇ ਉੱਪਰ ਆ ਕੇ ਮਤਲਬ ਕਿ ਵਾਸ਼ਰੂਮ ਤੱਕ ਵੀ ਕਰ ਜਾਂਦੇ ਨੇ ਤੇ ਉਹਨਾਂ ਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹਨਾ ਤਾਂ ਐਦਾਂ ਕਰਕੇ ਆਪਾਂ ਇਹਨਾਂ ਦੀਆਂ ਸਾਰੀਆਂ ਰਚਨਾਵਾਂ ਨੂੰ ਯਾਦ ਕਰ ਲਿਆ ਅੱਗੇ ਚੱਲੀਏ ਪ੍ਰਸ਼ਨ ਨੰਬਰ 14 ਸੰਤੋਖ ਸਿੰਘ ਧੀਰ ਦੀ ਰਚਨਾ ਮੈਨੂੰ ਇੱਕ ਸੁਪਨਾ ਆਇਆ ਦੀ ਵਿਧਾ ਦੱਸੋ ਹਾਂਜੀ ਜੀ ਨਾਵਲ ਨਾਟਕ ਇਕਾਂਗੀ ਜਾਂ ਫਿਰ ਨਜ਼ਮ ਇਹਨਾਂ ਚਾਰਾਂ ਦੇ ਵਿੱਚੋਂ ਕੁਐਸਚਨ ਨੰਬਰ 14 ਦੇ ਲਈ ਆਨਸਰ ਕਰੋ ਕੀ ਹੋਗਾ ਜੀ 14ਵੇਂ ਪ੍ਰਸ਼ਨ ਦੇ ਲਈ ਮੈਨੂੰ ਇੱਕ ਸੁਪਨਾ ਆਇਆ ਜੀ हां जी नीतू जी अगर अगर ये वाली ट्रिक नीतू जी ने एक और दीती है प्लीज अगर कोई ये ਨੂੰ ਯਾਦ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਓਕੇ ਇਹਦੇ ਲਈ ਆਨਸਰ ਆਜੂਗਾ ਨਾਵਲ ਓਕੇ ਕਿਉਂਕਿ ਸੰਤੋਖ ਸਿੰਘ ਧੀਰ ਨੇ ਕੱਲੀਆਂ ਕਹਾਣੀਆਂ ਨਹੀਂ ਲਿਖੀਆਂ ਇਸ ਦੇ ਨਾਲ ਨਾਲ ਇਹਨਾਂ ਨੇ ਨਾਵਲ ਵੀ ਲਿਖੇ ਨੇ ਓਕੇ ਤੇ ਜਿਨ੍ਹਾਂ ਦੇ ਵਿੱਚੋਂ ਆਪਾਂ ਕਿਹੜਾ ਨਾਵਲ ਕੀਤਾ ਹੁਨੇ ਮੈਨੂੰ ਇੱਕ ਸੁਪਨਾ ਆਇਆ ਐਂਦੇ ਤੋਂ ਬਿਨਾ ਸ਼ਰਾਬ ਸੋਰੀ ਸ਼ਰਾਬੀ ਜਾਂ ਦੋ ਫੁੱਲ ਯਾਦਗਾਰ ਅਤੀਤ ਦੇ ਪਰਛਾਵੇਂ ਔਰ ਹਿੰਦੁਸਤਾਨ ਹਮਾਰਾ ਇਹ ਸਾਰੇ ਵੀ ਇਨਾਂ ਦੇ ਲਿਖੇ ਹੋਏ ਨਾਵਲ ਨੇ ਧੀਰ ਨੂੰ ਪਿੰਡੋਂ ਜੀਵਨ ਦਾ ਕੀ ਕਿਹਾ ਜਾਂਦਾ ਹੈ ਸ਼ੀਸ਼ਾ ਪਰਛਾਵਾ ਮਹਾਕੋਸ਼ ਸਾਰੇ 15ਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਕੀ ਹੋਣਾ ਜੀ ਵੈਰੀ ਗੁੱਡ ਵੈਰੀ ਗੁੱਡ ਆਸਮ ਯੂ 올 ਆਰ ਡੂਇੰਗ ਸੱਚ ਅ ਫੈਂਟੈਸਟਿਕ ਜੌਬ ਯੈਸ 15ਵੇਂ ਪ੍ਰਸ਼ਨ ਦੇ ਲਈ ਕੀ ਆਨਸਰ ਹੋਊਗਾ ਓਕੇ ਸੀ ਆਨਸਰ ਆ ਰਿਹਾ ਹੈ ਵੈਰੀ ਗੁੱਡ ਬਿਲਕੁਲ ਠੀਕ ਹੈ ਇਹਨਾਂ ਨੂੰ ਕਿਹਾ ਜਾਂਦਾ ਹੈ ਮਹਾਕੋਸ਼ ਠੀਕ ਹੈ ਪੰਜਾਬੀ ਸਾਹਿਤ ਦਾ ਇਹਨਾਂ ਨੂੰ ਮਹਾਕੋਸ਼ ਬੋਲਦੇ ਹੈਗੇ ਐ ਐਦਾਂ ਦੇ ਪ੍ਰਸ਼ਨ ਹੁੰਦੇ ਨੇ ਜਿਵੇਂ ਕਿਹੜੇ ਸਾਹਿਤਕਾਰ ਨੂੰ ਕੀ ਬੋਲਿਆ ਜਾਂਦਾ ਹੈ ਐਦਾਂ ਦੇ ਪ੍ਰਸ਼ਨ ਬਹੁਤ ਜ਼ਿਆਦਾ ਪੁੱਛੇ ਜਾਂਦੇ ਐ ਇਸ ਲਈ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਠੀਕ ਹੈ ਅੱਗੇ ਦੇਖਦੇ ਹਾਂ ਸੰਤੋਖ ਸਿੰਘ ਧੀਰ ਦੀ ਕਿਸ ਰਚਨਾ ਦੇ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਊਸ਼ਾ ਭੈਣ ਜੀ ਚੁੱਪ ਸਨ ਪੱਖੀ ਸ਼ਰਾਬ ਦਾ ਗਲਾਸ ਸਵੇਰ ਹੋਂ ਤੱਕ ਉਹਨਾਂ ਦੇ ਵਿੱਚ ਆਪਾਂ ਰੁਕਾਂਗੇ ਨਹੀਂ ਕਿਉਂਕਿ ਸਾਰੇ ਬੱਚਿਆਂ ਨੇ ਇਹਦਾ ਆਨਸਰ ਆਲਰੇਡੀ ਕਰ ਦਿੱਤਾ ਆ ਇਹ ਹੋ ਜੂਗਾ ਪੱਖੀ ਠੀਕ ਹੈ ਪੱਖੀ ਦੇ ਲਈ ਇਹਨਾਂ ਨੂੰ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ ਨਾਲ ਦੇ ਨਾਲ ਇਹਨਾਂ ਨੂੰ 1991 ਦੇ ਵਿੱਚ ਸ਼੍ਰੋਮਣੀ ਸਾਹਿਤਕਾਰ ਦਾ ਅਵਾਰਡ ਵੀ ਮਿਲਿਆ ਸੀਗਾ ਪੱਖੀ ਕੀ ਹੈਗਾ ਆ ਇਹ ਹੈ ਕਾਵ ਸੰਗ੍ਰਹਿ ਕਿਤੇ ਕਿਤੇ ਤੁਹਾਨੂੰ ਇਹਦਾ ਸਾਲ 91 ਆਹ ਹਾਂ 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 ਬਿਲਕੁਲ ਬਿਲਕੁਲ 1991 ਦੇ ਵਿੱਚ ਲਿਖੀ ਸੀ ਤੇ 96 ਦੇ ਵਿੱਚ ਇਹਨਾਂ ਨੂੰ ਇਸ ਦੇ ਲਈ ਪੁਰਸਕਾਰ ਦਿੱਤਾ ਗਿਆ ਸੀ ਸਾਹਿਤ ਅਕਾਦਮੀ ਅਵਾਰਡ ਜਿਹੜੇ ਐ ਉਹਨਾਂ ਦੇ ਲਈ ਮੈਂ ਇੱਕ ਪਾਰਟਿਕੂਲਰ ਪ੍ਰੋਪਰ ਸੈਸ਼ਨ ਲਿਆ ਹੋਇਆ ਤੁਸੀਂ ਨਾ ਸਰਚ ਕਰਨਾ YouTube ਤੇ ਸਾਹਿਤ ਅਕਾਦਮੀ ਪੁਰਸਕਾਰ ਐਰੂਡੀਸ਼ਨ ਸਟੱਡੀਆਂ ਮੈਂ ਤੁਹਾਨੂੰ ਦਾਵਾ ਕਰ ਰਹੀ ਹਾਂ ਕਿ ਇਸ ਤੋਂ ਡੁੰਗਾਈ ਦੇ ਵਿੱਚ ਇਸ ਤੋਂ ਜ਼ਿਆਦਾ ਆਸਾਨੀ ਦੇ ਨਾਲ ਕਦੀ ਤੁਹਾਨੂੰ ਕਿਸੇ ਨੇ ਸਾਹਿਤ ਅਕਾਦਮੀ ਪੁਰਸਕਾਰ ਨਹੀਂ ਪੜ੍ਹਾਏ ਹੋਣੇ आई बेट ऑन दैट ठीक है और उस तो बार ना ता कदी आज तक साहित्य अकादमी ਵਿੱਚੋਂ ਕੋਈ ਪ੍ਰਸ਼ਨ ਆਇਆ ਹੈ ਨਾ ਹੀ ਫਿਊਚਰ ਚ ਕਦੀ ਆਏਗਾ ਤਾਂ ਪਲੀਜ਼ ਇਹ ਤੁਸੀਂ ਜ਼ਰੂਰ ਦੇਖ ਲੈਣਾ ਸਾਹਿਤ ਅਕਾਦਮੀ ਦੇ ਵਿੱਚੋਂ ਦੀ ਇਸ ਵਾਰੀ ਮੇਰੇ ਖਿਆਲ ਦੇ ਵਿੱਚ ਮਾਸਟਰ ਕਲਾਸ ਵਿੱਚ ਪੰਜ ਪ੍ਰਸ਼ਨ ਆਏ ਆ ਤੇ ਮੈਂ 2 ਦਿਨ ਪਹਿਲਾਂ ਹੀ ਸੈਸ਼ਨ ਲਿਆ ਸੀ ਸਾਰੇ ਪ੍ਰਸ਼ਨ ਉਸ ਸੈਸ਼ਨ ਦੇ ਵਿੱਚੋਂ ਸੀਗੇ ਔਰ ਉਦੋਂ ਮੈਂ ਕਿਹਾ ਸੀਗਾ ਕਿ ਸਾਹਿਤ ਅਕਾਦਮੀ ਪੁਰਸਕਾਰ ਬਹੁਤ ਇੰਪੋਰਟੈਂਟ ਹੈਗਾ ਆ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਪੇਪਰ ਹੁੰਦੇ ਆ ਓਕੇ ਤਾ ਪਲੀਜ਼ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖ ਲੈਣਾ ਓਕੇ ਰਾਈਟ ਚਲੋ ਹੁਣ ਅਸੀਂ ਮਿਲਾਂਗੇ ਕੱਲ ਓ ਸੌਰੀ ਕਹਾਣੀ ਸੰਗਰੇ ਯੈਸ ਸੌਰੀ ਨਹੀਂ ਤੁਜੀ ਮੇਰੇ ਮੂੰਹ ਚੋਂ ਆਈ ਥਿੰਕ ਕਹਾਵ ਸੰਗਰੇ ਨਿਕਲ ਗਿਆ ਰਾਈਟ ਠੀਕ ਹੈ ਜੀ ਤਾਂ ਕੱਲ ਮਿਲਦੇ ਆਂ ਅਸੀਂ 8 ਵਜੇ ਅ ਥੈਂਕ ਯੂ ਸੋ ਮੱਚ ਐਂਡ ਉਸ ਤੋਂ ਬਾਅਦ ਨਾ ਤੁਹਾਡੀ 4 ਦਿਨ ਦੀ ਬ੍ਰੇਕ ਆਣੀ ਆ ਓਕੇ ਅ ਕੁਝ ਅਨ ਅਵੋਇਡੇਬਲ ਸਰਕਮਸਟੈਂਸਿਸ ਹੈਗੇ ਨੇ ਜਿਦੇ ਕਰਕੇ ਕੱਲ ਦੀ ਕਲਾਸ ਤੋਂ ਬਾਅਦ ਫਰਾਈਡੇ ਸੈਟਰਡੇ ਸੰਡੇ ਔਰ ਮੰਡੇ ਇਹ ਚਾਰ ਦਿਨ ਤੁਹਾਡੀ ਕਲਾਸ ਨਹੀਂ ਲੱਗੂਗੀ ਓਕੇ ਉਸ ਤੋਂ ਬਾਅਦ ਲੱਗਣੀ ਹੈ ਬਸ ਇਹ ਚਾਰ ਦਿਨ ਸਿਰਫ ਕਲਾਸ ਨਹੀਂ ਹੋਣੀ ਅ ਕੁਝ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਓਕੇ ਚਲੋ ਠੀਕ ਹੈ ਹੁਣ ਅਸੀਂ ਕੱਲ ਜ਼ਰੂਰ ਮਿਲਾਂਗੇ 8 ਵਜੇ ਥੈਂਕ ਯੂ ਸੋ ਮੱਚ ਹੈਵ ਅ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ